ਅੱਜ ਦੀ ਵੀਡੀਓ ਕਿਸਾਨ ਵੀਰੋ ਤੁਹਾਡੇ ਵਾਸਤੇ ਬਹੁਤ ਲਾਹੇਵੰਦ ਹੋਣ ਵਾਲੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜੀਤ ਸਿੰਘ ਢਿੱਲੋਂ ਤੁਹਾਡਾ ਸਵਾਗਤ ਹੈ ਫੈਨ ਪੰਜਾਬੀ ਟੀਵੀ ਦੇ। ਲੁਧਿਆਣੇ ਦੇ ਵਿੱਚ ਪੰਜਾਬ ਐਗਰੀ ਐਕਸਪੋ 2024 ਲੱਗਿਆ ਹੋਇਆ, ਜਿਹਦੇ ਵਿੱਚ ਐਗਰੀਕਲਚਰ ਅਤੇ ਡੈਰੀ ਫਾਰਮਿੰਗ ਦੀਆਂ ਬਹੁਤ ਸਾਰੀਆਂ ਉੱਨਤ ਤਕਨੀਕ ਦੀਆਂ ਮਸ਼ੀਨਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਨੇ, ਨਵੇਂ ਨਵੇਂ ਇੰਪਲੀਮੈਂਟ ਕਿਵੇਂ ਕੰਮ ਕਰਦੇ ਨੇ, ਅਤੇ ਉਹਨਾਂ ਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ। ਬਣੇ ਰਹੋ ਵੀਡੀਓ ਨਾਲ, ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਤੇ ਕਿਸਾਨ ਵੀਰੋ, ਫ੍ਰੀ ਵਿੱਚ ਤੁਸੀਂ ਐਂਟਰੀ ਪਾਸ ਲੈ ਸਕਦੇ ਹੋ, ਅਤੇ ਕਿਸਾਨਾਂ ਵਾਸਤੇ ਇਸ ਵਾਰੀ ਬਹੁਤ ਵਧੀਆ। ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਊਂਟਰ ਨੇ, ਰਜਿਸਟ੍ਰੇਸ਼ਨ ਕਰਨ ਵਾਲੇ ਕਾਊਂਟਰ। ਜਦੋਂ ਤੁਸੀਂ ਆਉਂਦੇ ਹੋ ਫਸਟ ਗੇਟ ਦੇ ਨਾਲ ਹੀ ਹੈਗਾ ਇਹ ਸਕੈਨ ਕੋਡ ਹੈ, ਤੁਸੀਂ ਮੋਬਾਈਲ ਦੇ ਵਿੱਚ ਸਕੈਨ ਕਰਕੇ ਅਤੇ ਆਪਣਾ ਉੱਤੇ ਐਡਰੈਸ, ਜ਼ਿਲ੍ਹਾ, ਨਾਂ, ਫੋਨ ਨੰਬਰ, ਈਮੇਲ ਇਹ ਬਣਾ ਕੇ, ਅਤੇ ਇਸ ਤਰ੍ਹਾਂ ਦੇ ਕਾਰਡ ਜਿਹੜੇ ਤੁਸੀਂ ਮਿਲ ਜਾਣਗੇ ਅਤੇ ਉਹ ਗਲੇ 'ਚ ਪਾਉਣੇ ਜ਼ਰੂਰੀ ਨੇ। ਅਤੇ ਸਾਹਮਣੇ ਕਾਊਂਟਰ ਲੱਗੇ ਹੋਏ ਨੇ, ਰਜਿਸਟਰਾਂ ਵਾਸਤੇ ਅਲੱਗ ਹੈ, ਕਿਸਾਨਾਂ ਵਾਸਤੇ ਅਲੱਗ ਹੈ। ਅਤੇ ਇਹ ਸਾਰਾ ਇੱਥੇ ਹੈਗਾ ਰਜਿਸਟ੍ਰੇਸ਼ਨ ਕਾਊਂਟਰ। ਜੇ ਦੂਜੀ ਗੱਲ ਕਰੀਏ ਤਾਂ ਇੱਥੇ ਪਹਿਲੀ ਵਾਰੀ ਕਿਸਾਨਾਂ ਲਈ ਰੋਟਾਵੀਟਰ ਜਿਹੜਾ ਫ੍ਰੀ ਦੇ ਵਿੱਚ ਕੱਢਿਆ ਜਾਣਾ, ਅਤੇ ਫ੍ਰੀ ਵਿੱਚ ਹੀ ਇਸ ਐਗਜੀਬਿਸ਼ਨ ਨੂੰ ਦੇਖਣ ਵਾਸਤੇ ਐਂਟਰੀ ਹੈਗੀ ਹੈ। ਇਹ ਫਾਰਮ ਹੈਗਾ, ਇਸ ਫਾਰਮ 'ਤੇ ਤੁਸੀਂ ਕੰਟੈਕਟ ਨੰਬਰ ਲਿਖਣਾ, ਐਡਰੈਸ ਲਿਖਣਾ ਅਤੇ ਮੋਬਾਈਲ ਨੰਬਰ ਲਿਖਣਾ, ਅਤੇ ਤੁਸੀਂ ਜਦੋਂ 5 ਵਜੇ ਦੇ ਕਰੀਬ ਇਹ ਜਿਹੜਾ ਰੋਟਾਵੀਟਰ ਅਤੇ 25 ਹੋਰ ਇਨਾਮ ਕੱਢੇ ਜਾਣੇ ਨੇ, ਅਤੇ ਉਸ ਟਾਈਮ ਤੁਸੀਂ ਉੱਥੇ ਉਪਲਬਧ ਹੋਣੇ ਚਾਹੀਦੇ ਆ। ਇਹ ਹਦਾਇਤਾਂ ਵੀ ਇਹਨਾਂ ਨੇ ਨਾਲ ਦੀ ਨਾਲ ਜਾਰੀ ਕਰ ਦਿੱਤੀਆਂ। ਚਲੋ ਹੁਣ ਤੁਹਾਨੂੰ ਅੱਗੇ ਆਪਾਂ ਦਿਖਾਉਂਦੇ ਹਾਂ ਸਿਕਿਉਰਿਟੀ ਗੇਟ ਤੁਹਾਡਾ ਜਿਹੜਾ ਪਾਸ ਚੈੱਕ ਕਰਨਗੇ। ਉਸ ਤੋਂ ਅੱਗੇ ਆਪਾਂ ਇਹਦੇ 'ਚ ਦੋ ਹਾਲ ਵੱਡੇ ਬਣੇ ਹੋਏ ਨੇ। ਪਹਿਲੇ ਹਾਲ ਦੇ ਵਿੱਚ ਆਪਾਂ ਚੱਲਦੇ ਹਾਂ, ਹਾਲ ਨੰਬਰ 1 ਸਾਹਮਣੇ ਤੁਸੀਂ ਦੇਖ ਰਹੇ ਹੋ, ਬਹੁਤ ਵੱਡਾ ਪੰਡਾਲ ਹਾਲ ਬਣਿਆ ਹੋਇਆ। ਜੇ ਇਹਦੇ ਪੰਡਾਲ ਦੇ ਵਿੱਚ ਕੋਈ ਵੀ ਬਾਰਿਸ਼ ਦਾ ਕੋਈ ਦਿੱਕਤ ਨਹੀਂ। ਐਗਰੀ ਐਕਸਪੋ ਪ੍ਰੋਗਰੈਸ ਐਕਸਪੋ, ਖੇਤੀਬਾੜੀ ਅਤੇ ਡੈਰੀ ਫਾਰਮਿੰਗ ਦੀਆਂ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ, ਬਹੁਤ ਸਾਰੀਆਂ ਉੱਨਤ ਤਕਨੀਕ ਜਿਹੜੀ ਇਸ ਦੇਖਣ ਨੂੰ ਮਿਲੂਗੀ। ਅਤੇ ਤੁਸੀਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਨਾਲ ਜ਼ਰੂਰ ਲੈ ਕੇ ਆਓ, ਤਾਂ ਜੋ ਬੱਚੇ ਦਾ ਭਵਿੱਖ ਜਿਹੜਾ ਐਗਰੀਕਲਚਰ ਦੇ ਨਾਲ ਜੁੜ ਸਕਣ ਅਤੇ ਨਵੀਂ ਨਵੀਂ ਟੈਕਨੋਲੋਜੀ ਜਿਹੜੀ ਬੱਚੇ ਦੇਖ ਸਕਣ। ਇੱਧਰਲੇ ਪਾਸੇ ਤੁਸੀਂ ਦੇਖੋ ਕਿੰਨੀ ਸਫਾਈ ਅਤੇ ਕਿੰਨੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜੀਆਂ ਐਗਜੀਬਿਸ਼ਨ ਦੇ ਵਿੱਚ ਆਪਣੇ ਆਪਣੇ ਐਗਜੀਬਿਸ਼ਨ ਦੇ ਵਿੱਚ ਆਪਣੇ ਆਪਣੇ ਜਿਹੜੇ ਮਸ਼ੀਨਾਂ ਦੇਖੋ, ਇਹ ਪੀਟੀਓ ਸ਼ਾਵਟ, ਗੇਅਰ ਬਕਸੇ, ਜਿਹੜੇ ਰੋਟਾਵੀਟਰ ਅਤੇ ਐਗਰੀਕਲਚਰ ਦੇ ਵੱਡੇ ਇੰਪਲੀਮੈਂਟਾਂ ਵਿੱਚ ਲੱਗਦੇ ਨੇ, ਤੁਸੀਂ ਸਾਰੀਆਂ ਦੇਖ ਸਕਦੇ ਹੋ। ਇਹ ਗੇਅਰ ਹੈਗੇ ਨੇ, ਵੱਖ ਵੱਖ ਅਲੱਗ ਅਲੱਗ ਸਾਈਜ਼ ਦੇ ਗੇਅਰ, ਅਤੇ ਇਹ ਆ ਗਿਆ ਪਾਵਰ ਵੀਟਰ ਦੇ ਸਾਰੀ ਅਟੈਚਮੈਂਟ ਹੋ ਗਈ। ਪਾਵਰ ਵੀਟਰ ਨੇ ਸਾਰੇ ਤਰ੍ਹਾਂ ਦੇ, ਛੋਟੇ ਟਰੈਕਟਰ ਕਹਿ ਸਕਦੇ ਹਾਂ ਆਪਾਂ ਨੂੰ, ਇਹ ਵੀ ਬਹੁਤ ਕੰਮ ਦੇ ਨੇ। ਜੇ ਵੱਡੇ ਟਰੈਕਟਰ ਨਹੀਂ ਲੈਣੇ ਤਾਂ ਛੋਟੀ ਗਾਰਡਨਿੰਗ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਅਤੇ ਵੈਜੀਟੇਬਲ ਵਾਸਤੇ, ਅਤੇ ਬਹੁਤ ਕਿਫਾਇਤੀ ਅਤੇ ਵਧੀਆ ਟੈਕਨੋਲੋਜੀ ਨਾਲ ਤਿਆਰ ਹੋਏ ਨੇ। ਤੁਸੀਂ ਦੇਖ ਸਕਦੇ ਹੋ, ਇੱਕ ਕਣਕ ਵੱਢਣ ਵਾਲੀ ਮਸ਼ੀਨ ਹੈਗੀ ਹੈ, ਜੌਂ ਕਣਕ ਵਾਲੀ। ਇਹ ਦੇਖੋ ਰੋਟਾਵੀਟਰ ਕਲਰਫੁੱਲ ਰੈੱਡ ਕਲਰ ਦੇ ਵਿੱਚ ਨੇ, ਇਹ ਅਲੱਗ ਅਲੱਗ ਕੰਪਨੀਆਂ ਦੇ ਜਿਸ ਤਰ੍ਹਾਂ ਇੱਥੇ ਲੈ ਕੇ ਆਏ ਹੋਏ ਨੇ। ਅਤੇ ਅੱਗੇ ਗੱਲ ਕਰਦੇ ਹਾਂ, ਇਹ ਵੀ ਤਰ੍ਹਾਂ ਦੇ ਟੂਲਸ ਜਿਹੜੇ ਹੈਗੇ ਨੇ, ਬਲੇਟ ਜਿੱਦਾਂ ਕਹਿ ਸਕਦੇ ਹਾਂ ਆਪਾਂ, ਇਹ ਦੇਖੋ ਅੱਗੇ ਸਾਰੀਆਂ ਬਲੇਟਾਂ ਹੋ ਗਈਆਂ, ਪੁਲੀਆਂ, ਐਗਰੀਕਲਚਰ ਦੇ ਵਿੱਚ ਜਿਹੜੀਆਂ ਹਾਰਵੈਸਟਰ ਵੱਡੀਆਂ ਮਸ਼ੀਨਾਂ ਉਹਨਾਂ ਵਿੱਚ ਸਾਰੀਆਂ ਜਿਹੜੀਆਂ ਲੱਗਣੀਆਂ ਨੇ। ਇਹ ਥਰੈਸਰ ਆ ਗਏ ਜੀ, ਮਲਟੀ ਕ੍ਰੋਪ ਥਰੈਸਰ ਹੋ ਗਏ। ਆਹ ਤੁਸੀਂ ਦੇਖ ਸਕਦੇ ਹੋ ਰੋਟਾਵੀਟਰ ਕਿੰਨਾ ਲੰਬਾ ਅਤੇ ਵੱਡਾ, 12 ਫੁੱਟਾਂ ਰੋਟਾਵੀਟਰ ਸੀਗਾ। ਇਹ ਅੱਗੇ ਤੁਸੀਂ ਦੇਖ ਸਕਦੇ ਹੋ, ਇਹ ਸਾਰੀ ਚੈਨ, ਪੁਲੀਆਂ, ਅਲੱਗ ਅਲੱਗ ਤਰ੍ਹਾਂ ਦੇ
ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵੱਡਾ ਇਹ ਜਿਹੜਾ ਐਗਜੀਬਿਸ਼ਨ 3 ਦਿਨ ਲਗਾਤਾਰ ਚੱਲਦਾ। ਪੀ ਟੀ ਓ ਸ਼ਾਫਟਾਂ ਦੇਖੋ ਕਿਸ ਹਿਸਾਬ ਨਾਲ ਅਲੱਗ ਅਲੱਗ ਸਾਇਜ਼ ਦੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਕਿੰਨੇ ਟੌਪ ਦੀਆਂ ਛੋਟੀਆਂ ਵੱਡੀਆਂ ਪੀ ਟੀ ਓ ਸ਼ਾਫਟਾਂ ਹੈਗੀਆਂ ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ। ਬ੍ਰੈਕਟਾਂ ਹੋ ਗਈਆਂ ਇਹ ਐਗਜੀਬਿਸ਼ਨ ਆ ਦੇਖੋ ਸਾਹਮਣੇ ਤੁਸੀਂ ਹਾਰਵੈਸਟਰ ਕੰਬਾਈਨ ਜਿਹੜੀ ਦੇਖ ਸਕਦੇ ਹੋ ਅਤੇ ਹਾਲ ਨੰਬਰ 2 ਦੇ ਵਿੱਚ ਜਾ ਕੇ ਦੇਖਦੇ ਹਾਂ ਦੋਸਤੋ ਇੱਥੇ ਸਾਨੂੰ ਕੀ ਦੇਖਣ ਨੂੰ ਮਿਲਦਾ। ਇੱਥੇ ਵੀ ਸੇਮ ਉੱਦਾਂ ਦੀਆਂ ਮਸ਼ੀਨਾਂ ਨੇ ਅਲੱਗ ਅਲੱਗ ਕੰਪਨੀਆਂ ਦੇ ਪੂਰੇ ਪੰਜਾਬ ਇੰਡੀਆ ਭਾਰਤ ਤੋਂ ਇੱਥੇ ਐਗਜੀਬਿਸ਼ਨ ਦੇ ਵਿੱਚ ਮਸ਼ੀਨਾਂ ਲੈ ਕੇ ਜਿਹੜੇ ਐਕਸੀਬਿਊਟਰ ਮੈਨੂਫੈਕਚਰ ਕੰਪਨੀਆਂ ਲੈ ਕੇ ਆਈਆਂ ਨੇ ਉਹਨਾਂ ਦੀ ਇੱਕ ਅਗਰ ਇਹਦੇ ਵਿੱਚ ਜਾ ਕੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਅਲੱਗ ਤੋਂ ਅਲੱਗ ਕੰਪਨੀ ਦੇ ਨਾਲ ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਸਾਡੇ ਵਾਸਤੇ ਕਿਹੜੀ ਚੀਜ਼ ਬੈਟਰ ਹੈ ਕਿਹੜੀ ਸਭ ਤੋਂ ਵਧੀਆ। ਅੱਜ ਜਿੱਦਾਂ ਤੁਹਾਡੇ ਰੋਟਾਵੀਟਰ ਦੇ ਅਗਰ ਬਲੇਡ ਘੱਟਦੇ ਤਾਂ ਤੁਸੀਂ ਇਹਨਾਂ ਤੋਂ ਕੰਟੈਕਟ ਨੰਬਰ ਲੈ ਜਾ ਸਕਦੇ ਹੋ ਅਤੇ ਪੂਰੀ ਜਾਣਕਾਰੀ ਲੈ ਕੇ ਤੁਸੀਂ ਆਪਣੇ ਸਾਈਜ਼ ਦੇ ਮੁਤਾਬਕ ਲੈ ਜਾ ਸਕਦੇ ਹੋ। ਜਿੱਦਾਂ ਇਹ ਗੇਅਰ ਬਾਕਸ ਨੇ ਰੋਟਾਵੀਟਰ ਦੇ ਵਿੱਚ ਪੈਣ ਵਾਲੀਆਂ ਸਾਰੀਆਂ ਤਰ੍ਹਾਂ ਦੇ ਟੂਲ ਮਸ਼ੀਨਸ ਜਿੱਦਾਂ ਤੁਸੀਂ ਇਹ ਸਪਰਿੰਗ ਦੇਖ ਸਕਦੇ ਹੋ ਇਹ ਬਾਕੀ ਸਾਰਾ ਉਹਦਾ ਸਿਸਟਮ ਤਿਆਰ ਹੋਇਆ ਦੇਖ ਸਕਦੇ ਹੋ ਤੁਸੀਂ ਸਾਰਾ। ਉਹਦੇ ਨਾਲ ਨਾਲ ਇਹ ਰੱਸੇ ਹੈਗੇ ਨੇ ਜਿੱਦਾਂ ਹੁਣ ਭਾਰ ਬੰਨਦੇ ਆ ਜਿਸ ਤਰ੍ਹਾਂ ਕਣਕ ਝੋਨੇ ਦਾ। ਉਸ ਤੋਂ ਬਾਅਦ ਇਹ ਅੱਗੇ ਤੋਂ ਦੇਖੋ ਬਹੁਤ ਸਾਰੀਆਂ ਮਸ਼ੀਨਾਂ ਸਫਾਈ ਦਾ ਬਹੁਤ ਖਾਸ ਧਿਆਨ ਹੈ ਬਹੁਤ ਵਧੀਆ ਟੈਕਨੋਲੋਜੀ। ਇਹ ਗਾਰਡਨਿੰਗ ਦੇ ਨੇ ਪੰਪ ਸਪਰੇਅ ਪੰਪ ਹੋ ਗਏ ਗਾਰਡਨਿੰਗ ਜਾਂ ਫਾਰਮਿੰਗ ਐਗਰੀਕਲਚਰ ਦੇ ਵਾਸਤੇ ਜਿੰਨਾ ਵੀ ਗਲਵਜ ਸਥਾਨ ਨੇ ਛੋਟੇ ਪੰਪ ਸਪਰੇਅ ਉਹ ਵੀ ਇੱਥੇ ਉਪਲਬਧ ਨੇ ਤੁਸੀਂ ਉਹ ਵੀ ਲੈ ਜਾ ਸਕਦੇ ਹੋ। ਇਹ ਪਾਵਰ ਵੀਡਰ ਦੇ ਅਟੈਚਮੈਂਟ ਹੈਗੀ ਹੈ ਦੋਸਤੋ ਸਾਰੀ ਹੈ ਨਾ ਇਹਦੇ ਵਿੱਚ ਨਾ ਇਹਨਾਂ ਦੇ ਰੇਟ ਵੀ ਲਿਖੇ ਹੋਏ ਨੇ ਇਹ ਬਹੁਤ ਠੀਕ ਨੇ ਰੇਟ ਜਿੱਦਾਂ ਵੀ ਤੁਸੀਂ ਦੇਖ ਸਕਦੇ ਹੋ ਘੱਟ ਵੱਧ ਵੀ ਹੋ ਜਾਣਗੇ। ਇਹ ਜਿਹੜੀ ਮੈਂ ਵੀਡੀਓ ਜਿਹੜੀ ਕਰ ਰਿਹਾ ਇਹ ਮੈਂ ਖੁਦ ਬੋਲ ਕੇ ਕਰ ਰਿਹਾ ਕਿਸੇ ਕਾਰਨ ਕਰਕੇ ਇਹ ਜਿਹੜੀ ਆਵਾਜ਼ ਰਿਕਾਰਡ ਨਹੀਂ ਸੀ ਹੋਈ ਜਦੋਂ ਸ਼ੂਟ ਕਰ ਰਹੇ ਸੀ ਵੀਡੀਓ ਕਿਸੇ ਕਾਰਨ ਕਰਕੇ ਅਤੇ ਇੱਥੇ ਬਹੁਤ ਸਾਰੇ ਰੇਟ ਵੀ ਜਿਹੜੇ ਲਿਖੇ ਹੋਏ ਨੇ ਨਾਲ ਦੀ ਨਾਲ ਅਤੇ ਅਲੱਗ ਅਲੱਗ ਤਰ੍ਹਾਂ ਦੇ ਸਾਈਜ਼ ਦੇ ਇਹ ਅਟੈਚਮੈਂਟ ਹੈਗੀ ਆ ਸੁਪਰ ਵੀਡਰ ਦੀ। ਇਹ ਟਰਾਲੀ ਹੈਗੀ ਆ ਅਤੇ ਉੱਪਰ ਸੀਟ ਬੈਠਣ ਵਾਸਤੇ ਅੱਗੇ ਅਟੈਚਮੈਂਟ ਲੱਗ ਜਾਏਗੀ ਅਤੇ ਤੁਸੀਂ ਦੇਖ ਸਕਦੇ ਹੋ ਅਲੱਗ ਅਲੱਗ ਤਰ੍ਹਾਂ ਦੇ ਜਿਸ ਤਰ੍ਹਾਂ ਦੇ ਇਹ ਮਟੀਰੀਅਲ ਐਮ ਐਸ ਸਾਈਜ਼ ਦੇ ਅਲੱਗ ਅਲੱਗ ਤਰ੍ਹਾਂ ਦੇ ਤੁਸੀਂ ਲਿਜਾ ਸਕਦੇ ਹੋ ਲੈ ਸਕਦੇ ਹੋ। ਛੋਟੇ ਪਾਵਰ ਵੀਡਰ ਦੇ ਹੈਗੇ ਆ ਤੁਸੀਂ ਇਹ ਜਿਹੜੇ ਗਾਰਡਨਿੰਗ ਦੀ ਖੇਤੀ ਹੋ ਸਕਦੀ ਹੈ ਅਤੇ ਜਿੱਦਾਂ ਆਪਾਂ ਛੋਟੇ ਕਿਸਾਨ ਨੇ ਉਹ ਵੀ ਇਹਨੂੰ ਵਰਤ ਸਕਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਸਾਈਜ਼ ਦੇ। ਜਿੱਦਾਂ ਤੁਸੀਂ ਦੋਸਤੋ ਇੱਥੇ ਪਹੁੰਚ ਕੇ ਬਹੁਤ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋ ਜਾਣਾ ਤੁਸੀਂ ਮਾਹਿਰਤ ਹਾਸਲ ਕਰ ਸਕਦੇ ਹੋ। ਇੱਕ ਤਰ੍ਹਾਂ ਦੀ ਯੂਨੀਵਰਸਿਟੀ ਹੁੰਦੀ ਆ ਕਿਸਾਨ ਮੇਲੇ ਜਿੱਦਾਂ ਦੇ ਲੱਗਦੇ ਨੇ ਅਤੇ ਉਹਦਾ ਲਾਹਾ ਜ਼ਰੂਰ ਲਿਆ ਕਰੋ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਤਾਂ ਜੋ ਬੱਚੇ ਭਵਿੱਖ ਨੇ ਉਹਨਾਂ ਨੂੰ ਨੌਲੇਜ ਜ਼ਿਆਦਾ ਮਿਲੂਗੀ ਅਤੇ ਬੱਚੇ ਇਸ ਵਿੱਚ ਇੰਟਰਸਟ ਦਿਖਾਉਣਗੇ ਨਵੀਂ ਨਵੀਂ ਟੈਕਨੋਲੋਜੀ ਬੱਚਿਆਂ ਨੂੰ ਦੇਖਣ ਨੂੰ ਮਿਲੂਗੀ ਤਾਂ ਉਹ ਉਹਨਾਂ ਦਾ ਜਿਹੜਾ ਭਵਿੱਖ ਜਿਹੜਾ ਸੁਥਰਾ ਹੋਊਗਾ ਅਤੇ ਨਾਲ ਐਗਰੀਕਲਚਰ ਦੇ ਨਾਲ ਜ਼ਿਆਦਾ ਪਿਆਰ ਕਰਨਗੇ ਬੱਚੇ। ਫਾਰਮਿੰਗ ਜਿੱਦਾਂ ਸਾਡੀ ਆਉਣ ਵਾਲੀ ਪੀੜ੍ਹੀ ਐਗਰੀਕਲਚਰ ਤੋਂ ਥੋੜ੍ਹੀ ਜਿਹੀ ਦੂਰ ਹੁੰਦੀ ਜਾ ਰਹੀ ਹੈ ਇਹ ਡੈਰੀ ਫਾਰਮਿੰਗ ਦੀ ਹੈਗੀ ਅਤੇ ਇਹ ਹੈਗੇ ਨੇ ਦੋਸਤੋ ਡੈਰੀ ਫਾਰਮਿੰਗ ਦੇ ਰਿਲੇਟਡ ਹੀ ਹੈਗਾ ਜਿਨ੍ਹਾਂ ਕੋਲ ਫਾਰਮ ਬਹੁਤ ਵੱਡੀਆਂ ਗਾਂ ਫਾਰਮ ਨੇ ਮੱਝਾਂ ਦੇ ਗਾਂ ਦੇ ਇਹ ਸਾਰੀਆਂ ਮਸ਼ੀਨਾਂ ਕਰੀਮ ਦੀਆਂ ਹੈਗੀਆਂ ਨੇ ਕਰੀਮ ਕੱਢਣ ਵਾਸਤੇ ਅਲੱਗ ਅਲੱਗ ਸਾਈਜ਼ ਦੀਆਂ ਨੇ। ਉਹ ਤੋਂ ਬਾਅਦ ਕਰੀਮ ਇਹ ਇਸ ਮਸ਼ੀਨ ਦੇ ਵਿੱਚ ਕਰੀਮ ਆ ਜਾਂਦੀ ਹੈ ਕਰੀਮ 100 ਲੀਟਰ 200 ਲੀਟਰ ਦੇ ਟੈਂਕ ਹੈਗੇ ਨੇ ਇਹਦੇ ਵਿੱਚ ਫਿਰ ਮੱਖਣ ਕੱਢਿਆ ਜਾਂਦਾ ਇਹਦਾ ਵੀ ਪ੍ਰੋਸੈਸ ਹੈਗਾ ਤੁਸੀਂ ਦੇਖ ਸਕਦੇ ਹੋ। ਸਟੀਲ ਦੀਆਂ ਬਣੀਆਂ ਹੋਈਆਂ ਨੇ ਅਤੇ ਅਲੱਗ ਅਲੱਗ ਆਹ 200 ਕੇਜੀ ਦੀ ਹੈਗੀ ਹੈ 200 ਲੀਟਰ ਕਹਿ ਸਕਦੇ ਆਪਾਂ ਅਤੇ ਲਿਖਿਆ ਵੀ ਹੋਇਆ ਅਤੇ ਕਿਸੇ ਕਾਰਨ ਕਰਕੇ ਆਵਾਜ਼ ਜਿਹੜੀ ਨਹੀਂ ਸੀਗੀ ਅਤੇ ਆਹ ਦੁਬਾਰੇ ਤੋਂ ਆਵਾਜ਼ ਜਿਹੜੀ ਮੈਂ ਫੀਡ ਕਰ ਰਿਹਾ
ਤੁਸੀਂ ਦੇਖ ਸਕਦੇ ਹੋ। ਇਹ ਡੈਰੀ ਫਾਰਮਿੰਗ ਦੇ ਰਿਲੇਟਡ ਸਾਰੀਆਂ ਮਸ਼ੀਨਾਂ ਨੇ, ਅਲੱਗ ਅਲੱਗ ਰੇਟ ਨੇ, ਇਹ ਛੋਟੇ ਵੱਡੇ ਸਾਈਜ਼ ਦੀਆਂ, ਠੀਕ ਹੈ ਜੀ। ਤੁਸੀਂ ਦੇਖ ਸਕਦੇ ਹੋ ਇਹ ਸਟੇਨਲੈੱਸ ਸਟੀਲ ਦੀਆਂ, ਫੂਡ ਗ੍ਰੇਡ ਸਟੇਨਲੈੱਸ ਸਟੀਲ ਦੀਆਂ ਜਿਹੜੀਆਂ ਬਣੀਆਂ ਹੋਈਆਂ ਨੇ। ਇਹਨਾਂ ਦੀਆਂ ਸਾਰੀਆਂ ਕੁਛ ਵੀਡੀਓ ਜਿਹੜਾ ਰੋਟਾਵੀਟਰ ਐਗਰੀਕਲਚਰ ਅਤੇ ਇਹਨਾਂ ਦੀਆਂ ਪ੍ਰੋਪਰ ਵੀਡੀਓ ਜਿਹੜੀਆਂ ਪੂਰੀਆਂ ਨੇ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਚੈਨਲ 'ਤੇ ਪਈਆਂ ਨੇ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ। ਪੂਰੀ ਸਪੈਸੀਫਿਕੇਸ਼ਨ ਕਿੰਨਾ ਪ੍ਰਾਈਜ਼ ਆ, ਕੀ ਹੈ, ਸਾਰੀ ਜਾਣਕਾਰੀ ਆਪਣੇ ਯੂਟਿਊਬ ਚੈਨਲ 'ਤੇ ਜਾਂ ਅਤੇ ਦੂਜੇ ਆਪਣੇ ਫੇਸਬੁੱਕ ਪੇਜ 'ਤੇ ਆਪਾਂ ਲਗਾਤਾਰ ਇੱਦਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਹਾਂ, ਉਹ ਤੁਸੀਂ ਜਾ ਕੇ ਦੇਖ ਸਕਦੇ ਹੋ, ਪਲੇ ਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਹ ਖੋਏ ਵਾਲੀਆਂ ਮਸ਼ੀਨਾਂ ਦੋਸਤੋ, ਸਾਹਮਣੇ ਤੁਸੀਂ ਦੇਖ ਸਕਦੇ ਹੋ, ਇਹ ਸਟੀਮ ਨਾਲ ਚੱਲਣ ਵਾਲੀਆਂ, ਭੱਠੀ ਨਾਲ, ਗੈਸ ਨਾਲ ਚੱਲਣ ਵਾਲੀਆਂ ਨੇ, ਅਲੱਗ ਅਲੱਗ ਤਰ੍ਹਾਂ ਦੇ ਸਾਈਜ਼ ਨੇ ਇਹਨਾਂ ਦੇ, ਅਤੇ ਪ੍ਰਾਈਜ਼ ਵੀ ਉੱਥੇ ਲਿਖੇ ਹੋਏ ਨੇ। ਅਤੇ ਇਹ ਜਿਹੜੀ ਅਗਲੀ ਵੀਡੀਓ ਦੇ ਵਿੱਚ ਆਪਣੇ ਪ੍ਰੋਪਰ ਇਹਨਾਂ ਦੀ ਆਪਾਂ ਲਿਖੀ ਹੋਈ ਆ, ਵੀਡੀਓ ਕੀਤੀ ਹੋਈ ਆ। ਇਹ ਸਿਰਫ ਇੱਕ ਆਪਾਂ ਦਿਖਾ ਰਹੇ ਹਾਂ ਕਿ ਤੁਹਾਨੂੰ ਇਹ ਹੈਗਾ ਟੈਂਕ, ਸਪਰੇ ਟੈਂਕ ਹੈਗਾ, ਸਪਰੇ ਪੰਪ ਲੱਗਿਆ ਹੋਇਆ ਕਾਫੀ ਵੱਡਾ, ਅਤੇ ਅਲੱਗ ਅਲੱਗ ਸਾਈਜ਼ ਦੇ ਜਿਹੜੇ ਇੱਥੇ ਉਪਲਬਧ ਨੇ, ਉਹ ਕਿਸਾਨ ਵੀਰ ਜਾ ਕੇ ਦੇਖ ਕੇ ਆਪਣੇ ਮਨਪਸੰਦ ਦੀਆਂ ਜਿਹੜੀਆਂ ਐਗਰੀਕਲਚਰ ਦੀਆਂ ਮਸ਼ੀਨਾਂ ਉਹ ਲਿਜਾ ਸਕਦੇ ਨੇ। ਹਾਈਡ੍ਰੋਲਿਕ ਸਿਸਟਮ ਆ ਗਿਆ ਜੀ, ਹਾਈਡ੍ਰੋਲਿਕ ਸਿਸਟਮ ਦੀ ਹੈਗੀ ਆ, ਇਹ ਹੈਗੀ ਹੈ ਫੀਡ ਦੀ, ਅਲੱਗ ਅਲੱਗ ਤਰ੍ਹਾਂ ਦੀਆਂ ਫੀਡ ਦੇ ਵਿੱਚ ਕੀ ਕੀ ਮਟੀਰੀਅਲ ਪੈਂਦਾ, ਕਿੰਨੀ ਡੋਜ਼ ਦੇਣੀ ਚਾਹੀਦੀ ਆ ਪਸ਼ੂਆਂ ਵਾਸਤੇ, ਇਹ ਵੀ ਬਹੁਤ ਵਧੀਆ ਜਾਣਕਾਰੀ ਜਿਹੜੀਆਂ ਅਲੱਗ ਕੰਪਨੀਆਂ ਵੱਲੋਂ ਲਾਏ ਹੋਏ ਸਟੋਲ 'ਤੇ ਜਾਣਕਾਰੀ ਵੀ ਤੁਸੀਂ ਲੈ ਜਾ ਸਕਦੇ ਹੋ। ਅਤੇ ਇਹ ਆ ਗਏ ਜੀ ਬਲੇਡ, ਕਟਰ, ਰੋਟਾਵੀਟਰ ਦੇ ਲਾ ਲਓ, ਹਾਰਵੈਸਟਰ ਦੇ ਲਾ ਲਓ, ਅਤੇ ਥਰੈਸਰਾਂ ਦੇ ਲਾ ਲਓ, ਠੀਕ ਹੈ ਜੀ। ਇਹ ਬਾਕੀ ਜਾਲੀ, ਜੇ ਤੁਸੀਂ ਗਾਰਡਨਿੰਗ ਕਰਦੇ ਹੋ ਜਾਂ ਤੁਸੀਂ ਆਪਣੀ ਫਾਰਮ ਦੇ ਆਲੇ ਦੁਆਲੇ ਖੇਤੀ ਐਗਰੀਕਲਚਰ ਦੀ ਜਗ੍ਹਾ 'ਤੇ ਲਾਉਣਾ ਚਾਹੁੰਦੇ ਹੋ, ਜਾਂ ਤੁਸੀਂ ਕਿਸ ਤਰ੍ਹਾਂ ਦੀ ਤਾਰ ਪਸ਼ੂਆਂ ਵਾਸਤੇ ਆਪਣੀ ਫਸਲ ਨੂੰ ਬਚਾਉਣ ਵਾਸਤੇ ਲਾਉਣੀ ਆ, ਤਾਂ ਉਹ ਵੀ ਉੱਥੇ ਉਪਲਬਧ ਹੈ ਜੀ, ਉਹ ਵੀ ਤੁਸੀਂ ਲਿਜਾ ਸਕਦੇ ਹੋ। ਅਲੱਗ ਅਲੱਗ ਮਟੀਰੀਅਲ ਦੀ ਤੁਸੀਂ ਦੇਖ ਸਕਦੇ ਹੋ ਸਾਹਮਣੇ। ਅਤੇ ਆ ਗਏ ਰੋਟਾਵੀਟਰ, ਦੇਖੋ ਕਿੰਨੀ ਸਫਾਈ, ਅਤੇ ਉਹਦੇ ਨਾਲ ਕੀਤੀ ਜਾ ਰਹੀ ਹੈ ਸਫਾਈ ਵੀ ਬਹੁਤ ਹੈ। ਪਾਵਰ ਕੈਨ, ਸੁਪਰ ਸੀਡਰ, ਅਤੇ ਹਰ ਤਰ੍ਹਾਂ ਦੀਆਂ ਮਸ਼ੀਨਾਂ ਇੱਥੇ ਉਪਲਬਧ ਨੇ, ਅਤੇ ਦੁਨੀਆ ਇੰਡੀਆ ਦੇ ਹਰ ਕੋਨੇ ਤੋਂ ਜਿਹੜੀਆਂ ਮਸ਼ੀਨਾਂ ਇੱਥੇ ਆਈਆਂ ਨੇ, ਆ ਤੁਸੀਂ ਦੇਖ ਸਕਦੇ ਹੋ। ਇਹ ਹਾਰਵੈਸਟਰ ਮਸ਼ੀਨ ਹੈਗੀ ਹੈ, ਇਹ ਤੁਸੀਂ ਸਾਹਮਣੇ ਦੇਖ ਰਹੇ ਹੋ, ਇਹ ਮੱਕੀ ਦੇ ਕਟਿੰਗ ਵਾਸਤੇ ਹੋ ਸਕਦੀ ਹੈ ਸ਼ਾਇਦ। ਅਤੇ ਦੂਜੀ ਗੱਲ ਤੁਸੀਂ ਦੇਖ ਸਕਦੇ ਹੋ, ਇਹ ਆ ਗਏ ਪੋਟੈਟੋ ਪਿਲਰ ਸੀਗਾ, ਥਰੈਸਰ ਆ ਗਏ, ਅਲੱਗ ਅਲੱਗ ਕੰਪਨੀਆਂ ਦੇ, ਬਹੁਤ ਵੱਡਾ ਇਹ ਬਾਹਰ ਖੁੱਲ੍ਹੇ ਦੇ ਵਿੱਚ ਜਿਹੜਾ ਲੱਗੀਆਂ ਹੋਈਆਂ ਐਗਰੀਕਲਚਰ ਇੰਪਲੀਮੈਂਟ ਮਸ਼ੀਨਾਂ ਨੇ, ਉਹ ਤੁਸੀਂ ਦੇਖ ਰਹੇ ਹੋ। ਆਹ ਦੇਖੋ ਇਹ ਗ੍ਰੇਡਰ ਹੈਗਾ, ਜਿਸ ਤਰ੍ਹਾਂ ਤੁਸੀਂ ਜਿੱਦਾਂ ਇਹ ਕਿੰਨੂ ਪਾਏ ਹੋਏ ਨੇ, ਕਿੰਨੂਆਂ ਦਾ ਗ੍ਰੇਡਿੰਗ ਕਰਦੀ ਹੈ ਇਹ ਮਸ਼ੀਨ ਜਿਹੜੀ ਹੈਗੀ, ਇੱਥੇ ਕਿੰਨੂਆਂ ਦੇ ਸਾਈਜ਼ ਦੇ ਮੁਤਾਬਕ ਉਹ ਅਲੱਗ ਅਲੱਗ ਕੱਢੇਗੀ। ਆਹ ਤੁਸੀਂ ਦੇਖ ਦਿਓ, ਅਲੱਗ ਅਲੱਗ ਵੱਡੇ ਸਾਈਜ਼, ਅਲੱਗ ਛੋਟੇ, ਹਲੇ ਕੁਆਲਿਟੀ ਦੇ ਹਿਸਾਬ ਨਾਲ ਇਹ ਮਸ਼ੀਨਾਂ, ਜੇ ਅਗਰ ਗਾਰਡਨਿੰਗ ਵਾਲੇ ਕਿਸਾਨ ਨੇ ਜਾਂ ਉਹਦੇ ਕਿੰਨੂਆਂ ਵਾਲੇ ਉਤਪਾਦਨ ਕਿਸਾਨਾਂ ਵਾਸਤੇ ਵੀ ਇੱਥੇ ਗ੍ਰੇਡਿੰਗ ਵਾਲੀ ਮਸ਼ੀਨ ਜਿਹੜੀ ਹੈ ਮੈਨੁਅਲੀ ਕਰਦੀ ਹੈ, ਤਾਂ ਇਹ ਮਸ਼ੀਨਾਂ ਨਾਲ। ਇਹ ਅੰਡੇ ਦੀ ਹੈਗੀ ਹੈ, ਇਹ ਮਸ਼ੀਨ ਦੇ ਉੱਤੇ ਅੰਡੇ ਦੀ ਇੱਥੋਂ ਫੀਡਿੰਗ ਕਰ ਦਿੰਦੇ ਆ, ਅਤੇ ਸਕੈਨ ਹੋ ਕੇ ਅੰਡਾ ਵਿੱਚ ਖਰਾਬ ਹੋਵੇ ਉਹ ਸਾਰੇ ਕੱਢ ਦਿੰਦੇ ਆ। ਇਹ ਇੱਕ ਫਾਰਮ ਟਰੈਕਟਰ ਦਾ ਸਟਾਲ ਆ ਗਿਆ, ਅੱਗੇ ਤੁਸੀਂ ਦੇਖ ਸਕਦੇ ਹੋ ਰੋਟਾਵੀਟਰ ਫੇਅਰ, ਬਹੁਤ ਵੱਡੀ ਤਾਦਾਦ ਦੇ ਪ੍ਰਾਈਮ ਐਗਰੋ ਦੇ ਆ ਗਏ, ਤੁਸੀਂ ਦੇਖ ਸਕਦੇ ਹੋ ਬਹੁਤ ਵੱਡੇ। ਅਤੇ ਦੂਜੀ ਗੱਲ ਕਰਦੇ ਹਾਂ ਤਾਂ ਇਹ ਅਲੱਗ ਅਲੱਗ, ਇਹ ਵੀ ਦੇਖੋ ਜਿਹੜੀ ਆਲੂ ਵਾਲੀਆਂ ਮਸ਼ੀਨਾਂ ਕਹਿ ਸਕਦੇ ਹਾਂ ਆਪਾਂ, ਪਲਾਓ ਹੈਗੇ ਆ, ਅਤੇ ਅੱਗੇ ਆ ਗਿਆ ਗੁੜ, ਚਾਚਾ ਗੁੜ, ਇਹ ਵੀ ਬਾਈ ਦਾ ਬਹੁਤ ਯੋਗਦਾਨ ਹੈ।
ਕਿਸਾਨ ਮੇਲਿਆਂ ਦੇ ਵਿੱਚ ਸ਼ੁੱਧ ਗੁੜ ਨਾਲੋਂ ਤਿਆਰ ਹੋਈਆਂ ਚੀਜ਼ਾਂ, ਅਗਰ ਤੁਸੀਂ ਕੈਂਡੀ ਲੈਣੀ ਹੈ, ਚੋਕਲੇਟ ਵਾਲੇ ਗੁੜ, ਸ਼ੱਕਰ, ਬਹੁਤ ਤਰ੍ਹਾਂ ਦੀ ਵਰਾਇਟੀ ਬਾਈ ਜੀ ਲੈ ਕੇ ਆਏ ਨੇ, ਇਹਨਾਂ ਕੋਲੋਂ ਵੀ ਤੁਸੀਂ ਲਿਜਾ ਸਕਦੇ ਹੋ। ਇਹਨਾਂ ਦਾ ਕੰਟੈਕਟ ਨੰਬਰ ਚਾਚੇ ਭਤੀਜੇ ਗੁੜ ਦਾ ਘਲਾੜ ਔਰਗੈਨਿਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹਨਾਂ ਬਹੁਤ ਵਧੀਆ ਬਾਈ ਜੀ ਦਾ ਹੈਗਾ ਜਿਹੜਾ ਤਰੀਕੇ ਨਾਲ ਕਰਦੇ, ਨੌਜਵਾਨ ਨੇ, ਪੰਜਾਬ ਦੇ ਨੌਜਵਾਨ ਨੇ, ਅਤੇ ਇੱਦਾਂ ਦੇ ਕਿੱਤੇ ਕਰਕੇ ਵੀ ਤੁਸੀਂ ਬਹੁਤ ਜ਼ਿਆਦਾ ਆਮਦਨੀ ਕਮਾ ਸਕਦੇ ਹੋ। ਠੀਕ ਹੈ ਜੀ, ਇਹਨਾਂ ਤੋਂ ਇਹ ਯੂਨੀਵਰਸਿਟੀ ਤੋਂ ਬਕਾਇਦਾ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਲੈ ਕੇ ਤੁਸੀਂ ਕਰ ਸਕਦੇ ਹੋ, ਅਤੇ ਵਿਦੇਸ਼ ਜਾਣ ਦੀ ਕਾਲ ਦੇ ਵਿੱਚ ਤੁਸੀਂ ਆਪਣਾ ਕਾਫੀ ਜ਼ਿਆਦਾ ਪੈਸਾ ਵੀ ਇਨਵੈਸਟ ਕਰ ਸਕਦੇ ਹੋ। ਇਹਨਾਂ ਚੀਜ਼ਾਂ 'ਤੇ ਤੁਸੀਂ ਘੱਟ ਇਨਵੈਸਟਮੈਂਟ ਕਰਕੇ ਵੱਧ ਮੁਨਾਫਾ ਜਿਹੜਾ ਕਮਾ ਸਕਦੇ ਹੋ। ਗੁੜ ਦੇ ਨਾਲ ਤਿਆਰ ਹੋਣ ਵਾਲੀਆਂ ਬਹੁਤ ਸਾਰੀਆਂ ਆਈਟਮਾਂ ਤੁਸੀਂ ਤਿਆਰ ਕਰ ਸਕਦੇ, ਯੂਨੀਵਰਸਿਟੀ ਤੋਂ ਲੈ ਕੇ ਟ੍ਰੇਨਿੰਗ, ਜਿੱਦਾਂ ਸ਼ੱਕਰ ਪਈ ਹੈ, ਬਹੁਤ ਤਰ੍ਹਾਂ ਦੀ ਚੋਕਲੇਟ, ਕੈਂਡੀ ਜਿਹੜੇ ਗੁੜ ਨਾਲ ਤਿਆਰ ਹੁੰਦੀਆਂ ਨੇ, ਅਤੇ ਉਹ ਜਦੋਂ ਬੱਚਿਆਂ ਨੂੰ ਤਾਂ ਸਿਆਣੇ ਬਜ਼ੁਰਗ ਜਾਂ ਆਪ ਕੋਈ ਵੀ ਖਾਊਗਾ ਤਾਂ ਉਹ ਸਿਹਤ ਵੀ ਉਹਨਾਂ ਦੀ ਚੰਗੀ ਰਹੂਗੀ, ਹੈ ਨਾ। ਅਤੇ ਆਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਐਟਮਾਂ, ਅਤੇ ਚਾਚਾ ਭਤੀਜਾ ਗੁੜ ਘਲਾੜ ਜਿਹੜੇ ਹੈਗੇ ਨੇ, ਕਾਫੀ ਮਸ਼ਹੂਰ ਸ਼ੋਪਸ ਮਤਲਬ ਐਗਜੀਬਿਸ਼ਨ ਦੇ ਵਿੱਚ ਆਉਂਦੇ ਨੇ, ਤੁਸੀਂ ਵੀ ਇੱਦਾਂ ਦਾ ਆਈਡੀਆ ਇਹਨਾਂ ਤੋਂ ਲੈ ਕੇ ਆਪਣਾ ਕਾਰੋਬਾਰ, ਆਪਣਾ ਬਿਜ਼ਨਸ ਵਧਾ ਸਕਦੇ। ਇੱਕ ਬਾਈ ਜੀ ਹੋਰ ਲੱਗੇ ਹੋਏ ਨੇ ਨਾਲ ਹੀ, ਇਹਨਾਂ ਦਾ ਵੀ ਵਧੀਆ ਕੰਮ ਹੈ, ਤੁਸੀਂ ਦੇਖ ਸਕਦੇ। ਸਾਨੀ ਸ਼ਹਿਦ ਵੀ ਇੱਥੋਂ ਮਿਲ ਜਾਂਦਾ, ਅਤੇ ਤੁਸੀਂ ਇਹਨਾਂ ਤੋਂ ਚੀਜ਼ ਲੈ ਜਾ ਕੇ ਵੀ ਤੁਸੀਂ ਆਪਣੇ ਘਰ ਵਿੱਚ ਵਰਤੋਂ ਕਰ ਸਕਦੇ ਹੋ ਚੰਗੀ ਸਿਹਤ ਲਈ। ਅਤੇ ਅੱਗੇ ਗੱਲ ਕਰਦੇ ਹਾਂ ਬਾਈ ਜੀ ਆਪਾਂ, ਜਿੱਦਾਂ ਵੀ ਐਗਜੀਬਿਸ਼ਨ ਦੇ ਵਿੱਚ ਬਹੁਤ ਸਾਰੀਆਂ ਜਿੱਦਾਂ ਮਸ਼ੀਨਾਂ, ਟੈਕਨੋਲੋਜੀ ਜਿਹੜਾ ਜ਼ਮਾਨਾ ਹੈ, ਉੱਦਾਂ ਦੀਆਂ ਮਸ਼ੀਨਾਂ ਜਿਹੜੀਆਂ ਬਹੁਤ ਹੀ ਜ਼ਿਆਦਾ, ਜਿੱਦਾਂ ਇਹ ਹਾਰਵੈਸਟਰ ਹੈ ਦੇਖੋ, ਗੁਰਦੀਪ 523, ਇਹਦੀ ਵੀ ਆਪਾਂ ਵੀਡੀਓ ਕੀਤੀ ਹੋਈ ਆ ਆਪਣੇ ਚੈਨਲ 'ਤੇ, ਜਾ ਕੇ ਤੁਸੀਂ ਦੇਖ ਸਕਦੇ ਹੋ। ਅਤੇ ਬਹੁਤ ਸਾਰੇ ਰੋਟਾਵੀਟਰਾਂ ਦੀ ਟੈਕਨੋਲੋਜੀ ਕੀ ਹੈ, ਉਹ ਸਾਰੀਆਂ ਵੀਡੀਓ ਆਪਣੇ ਚੈਨਲ 'ਤੇ ਪਈਆਂ ਨੇ, ਅਤੇ ਫੇਸਬੁੱਕ ਪੇਜ 'ਤੇ, ਯੂਟਿਊਬ ਚੈਨਲ 'ਤੇ, ਉੱਥੇ ਤੁਸੀਂ ਜਾ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਇਹਨਾਂ ਤੋਂ ਕੰਟੈਕਟ ਨੰਬਰ ਉੱਥੇ ਨਾਲ ਮਿਲ ਜਾਣਗੇ, ਅਤੇ ਤੁਸੀਂ ਉਹਨਾਂ ਨਾਲ ਰਾਬਤਾ ਕਰਕੇ, ਅਗਰ ਚੈਨਲ 'ਤੇ ਤੁਸੀਂ ਵੀਡੀਓ ਸ਼ੋਅ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ, ਅਤੇ ਉਹ ਤੁਹਾਨੂੰ ਡਿਸਕਾਊਂਟ ਵੀ ਉਹਦੇ ਨਾਲ ਕੋਈ ਫਾਇਦਾ ਬੈਨੀਫਿਟ ਵੀ ਤੁਹਾਨੂੰ ਜਾ ਗੰਨੇ ਦਾ ਹੈਗਾ, ਮਸ਼ੀਨ ਬਹੁਤ ਵੱਡੀ ਮਸ਼ੀਨ ਗੰਨੇ ਦੀ ਦੇਖੋ, ਬਾਕੀ ਇਹ ਦੇਖੋ ਕਿੱਡਾ ਵੱਡਾ ਪੰਡਾਲ ਹੈਗਾ, ਇੰਡੀਆ ਦੇ ਹਰ ਕੋਨੇ ਦੇ ਵਿੱਚੋਂ ਇਹ ਜਿਹੜੀਆਂ ਐਗਜੀਬਿਸ਼ਨ ਦੀਆਂ ਸਟਾਲਾਂ ਲੱਗੀਆਂ ਹੋਈਆਂ ਨੇ। ਅਤੇ ਆਹ ਦੇਖੋ ਦੋ ਕੰਬਾਈਨਾਂ, ਇਹ ਦੋ ਕੰਬਾਈਨਾਂ ਦਾ ਵੀ ਆਪਾਂ ਜਿਹੜਾ ਸਿਮਰਨ ਦੀ 676 ਇਹਦਾ ਵੀ ਆਪਾਂ ਕੀਤਾ ਹੋਇਆ ਆਪਣੀ ਚੈਨਲ 'ਤੇ, ਜਾ ਕੇ ਤੁਸੀਂ ਦੇਖ ਸਕਦੇ ਹੋ, ਵੀਡੀਓ ਕੀਤੀ ਹੋਈ ਹੈ। ਤੁਸੀਂ ਕੰਪੈਰੀਜ਼ਨ ਕਰ ਸਕਦੇ ਹੋ ਕਿਹੜੀ ਤੁਹਾਡੇ ਵਾਸਤੇ ਮਸ਼ੀਨ ਵਧੀਆ ਹੈ, ਤੁਸੀਂ ਆਪਣਾ ਬਿਜ਼ਨਸ ਵੀ ਇਹਦੇ ਨਾਲ ਸਟਾਰਟ ਕਰ ਸਕਦੇ ਹੋ। ਆਉਣ ਵਾਲਾ ਸਮਾਂ ਜਿਹੜਾ ਤੁਸੀਂ ਆਪਣੀ ਫਸਲ ਦਾ ਜਿਹੜੀ ਕਰਨੀ ਵੱਢਣੀ ਵਾਹੁਣੀ ਹੈਗੀ ਹੋਈ ਹੈ, ਅਤੇ ਤੁਸੀਂ ਉਹਦੇ ਨਾਲ ਕਿਰਾਏ 'ਤੇ ਵੀ ਆਪਣਾ ਕੰਮ ਜਿਹੜਾ ਕਰ ਸਕਦੇ ਹੋ। ਆਹ ਦੇਖੋ ਕਿੱਡਾ ਵੱਡਾ ਜਿਹੜਾ ਮਸ਼ੀਨ ਹੈਗੀ ਹੈ, ਇਹਦਾ ਫੀਡਿੰਗ ਪੁਆਇੰਟ ਹੈਗਾ ਦੇਖੋ, ਅਲੱਗ ਪਾਵਰ ਕੋਡਿੰਗ ਦੇ ਕਲਰ ਦੇ ਵਿੱਚ ਹੈਗੀਆਂ ਨੇ, ਵੀ ਕੇ ਦੇ ਟਾਇਰ ਦੀ